ਇਹਨਾਂ ਦਾ ਨਾਮ ਰਾਜਵੰਤ ਕੌਰ ਹੈ ਔਰ ਇੱਕ ਅੱਗੇ ਪਿੰਡ ਦੇ ਰਹਿਣ ਵਾਲੇ ਆ ਔਰ ਪਾਸਟਰ ਜੀ ਆਪਣੀ ਗਵਾਹੀ ਦੇ ਵਿੱਚ ਦੱਸਦੇ ਨੇ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ 2014 ਦੇ ਵਿੱਚ ਔਰ ਜਿਹਦੇ ਕਾਰਨ ਇਹਨਾਂ ਦੀ ਬ੍ਰੇਨ ਦੀ ਪ੍ਰੋਬਲਮ ਹੋ ਗਈ ਸੀ ਇਹਨਾਂ ਦੇ ਸਿਰ ਨੂੰ ਦਰਦ ਰਹਿੰਦੀ ਹੁੰਦੀ ਸੀ ਹਮੇਸ਼ਾ ਇਹਨਾਂ ਨੂੰ ਇਨਫੈਕਸ਼ਨ ਹੋ ਗਈ ਸੀ ਇਹ ਸਿਸਟਰ ਦੱਸਦੇ ਨੇ ਕਿ ਇਹਨਾਂ 5 ਸਾਲ ਬਹੁਤ ਜ਼ਿਆਦਾ ਮੈਡੀਸਿਨ ਲਈ ਪਰ ਇਹਨਾਂ ਨੂੰ ਕਿਤੇ ਵੀ ਫਰਕ ਨਹੀਂ ਸੀ ਪੈਂਦਾ ਇਹਨਾਂ ਨੂੰ ਹਮੇਸ਼ਾ ਇਨਫੈਕਸ਼ਨ ਹੋ ਰਹਿੰਦੀ ਸੀ ਇਹਨਾਂ ਨੂੰ ਹਮੇਸ਼ਾ ਛਿੱਕਾਂ ਆਉਂਦੀਆਂ ਰਹਿੰਦੀਆਂ ਸੀ ਔਰ ਸਿਰ ਦੇ ਵਿੱਚ ਦਰਦ ਹੁੰਦਾ ਰਹਿੰਦਾ ਸੀ ਇਹਨਾਂ ਨੇ ਬਹੁਤ ਜ਼ਿਆਦਾ ਮੈਡੀਸਿਨ ਲਈ ਪਰ ਇਸ ਤੇ ਕੋਈ ਵੀ ਛੂਟ ਨਹੀਂ ਸੀ ਕਰਦੀ ਔਰ ਪਾਸਟਰ ਜੀ ਅੱਜ ਜਦੋਂ ਤੁਸੀਂ ਇਸ ਭਵਨ ਦੇ ਵਿੱਚ ਲੇ ਹੈਂਡ ਕਰ ਰਹੇ ਸੀ ਔਰ ਦਿਸ ਸਪੋਟ ਪਰਮੇਸ਼ਵਰ ਨੇ ਇਹਨਾਂ ਨੂੰ ਆਜ਼ਾਦ ਕੀਤਾ ਜਾਂ ਬਿਲਕੁਲ ਫ੍ਰੀ ਨੇ ਇਹਨਾਂ ਨੂੰ ਕੋਈ ਵੀ ਛਿੱਕਾਂ ਦੀ ਪ੍ਰੋਬਲਮ ਨਹੀਂ ਹੈ ਕੋਈ ਸਿਰ ਦਰਦ ਨਹੀਂ ਆ ਇਹਨਾਂ ਵੱਡੇ ਕੋਈ ਨਹੀਂ ਪ੍ਰਭੂ ਯਿਸੂ ਮਸੀਹ ਦਾ ਬਹੁਤ ਸਾਰਾ ਧੰਨਵਾਦ ਜੋਰ ਨਾਲ ਮੈਂ ਮੇਰੇ ਪਰਮੇਸ਼ਵਰ ਜੋਰ ਨਾਲ ਸੁਣੋ ਕਿੰਨੇ ਸਾਲ ਦੀ ਪ੍ਰੋਬਲਮ ਸੀ ਬੇਟਾ 2014 ਅੱਜ ਆਨ ਦੀ ਸਪੋਟ ਆਜ਼ਾਦ ਹੋਏ ਇਹ ਤ੍ਰਿਫਲੀਆ ਚਰਚ ਜੋਰਨਲ 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 ਤੂੰ ਨੇ ਬਚਾਇਆ ਹੈ ਤੂੰ ਨੇ ਸੰਭਾਲਾ ਅਗਲੀ